ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। 25 ਪਿੰਡਾਂ ਦਾ ਕੇਂਦਰ ਬਿੰਦੂ ਸ਼ਹਿਰ ਅਪਰਾ, ਜਿਸ ਨੂੰ ਮਿੰਨੀ ਸਿੰਗਾਪੁਰ ਸੋਨੇ ਦਾ ਸ਼ਹਿਰ ਦੇ ਨਾਮ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ, ਅਤੇ ਪੰਚਾਇਤੀ ਚੋਣਾਂ ਦੌਰਾਨ ਸਰਪੰਚੀ ਦੇ ਦਾਅਵੇਦਾਰ ਕਈ ਤਰ੍ਹਾਂ ਦੇ ਅਪਰਾ ਨੂੰ ਨਵਾਂ ਬਣਾਉਣ ਦੇ ਵਾਅਦੇ ਤਾਂ ਕਰਦੇ ਰਹੇ ਹਨ, ਪਰ ਜਿੱਤਣ ਤੋਂ ਬਾਅਦ ਉਹ ਵਾਅਦੇ ਦੇ ਵਾਅਦੇ ਹੀ ਰਹਿ ਜਾਂਦੇ ਹਨ। ਜਿਸ ਜਗ੍ਹਾ ਲੀਡਰਾਂ ਦੀਆਂ ਰੈਲੀਆਂ ਹੁੰਦੀਆਂ ਨੇ, ਉਸ ਜਗ੍ਹਾ ਦਾ ਹਾਲ ਥੋੜ੍ਹੇ ਜਿਹੇ ਮੀਂਹ ਪੈਣ ਨਾਲ ਇੰਨਾ ਬੁਰਾ ਹੋ ਜਾਂਦਾ ਹੈ ਕਿ ਉਸ ਜਗ੍ਹਾ ਤੋਂ ਲੰਘਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਬਾਜ਼ਾਰ ਦਾ ਪਾਣੀ ਵੀ ਇਸ ਜਗ੍ਹਾ ਇਕੱਠਾ ਹੋ ਜਾਂਦਾ ਹੈ ਅਤੇ ਕਈ ਕਈ ਘੰਟਿਆਂ ਤੱਕ ਪਾਣੀ ਜਮ੍ਹਾਂ ਰਹਿੰਦਾ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਅਪਰਾ ਨੂੰ ਸੁੰਦਰ ਬਣਾਉਣ ਦੇ ਵਾਅਦੇ ਤਾਂ ਕੀਤੇ, ਪਰ ਸਰਕਾਰਾਂ ਬਣਨ ਤੋਂ ਬਾਅਦ ਕਿਸੇ ਨੇ ਵੀ ਅਪਰਾ ਦੇ ਪੁਰਾਣੇ ਬੱਸ ਅੱਡੇ ਦੀ ਸਾਰ ਨਹੀਂ ਲਈ। ਪੁਰਾਣੇ ਬੱਸ ਅੱਡੇ ਤੋਂ ਮੰਡੀ ਨੂੰ ਜਾਣ ਵਾਲੀ ਇੱਟਾਂ ਵਾਲੇ ਰਾਹ ਦਾ ਵੀ ਇੰਨਾ ਬੁਰਾ ਹਾਲ ਹੈ ਕਿ ਤੁਰ ਕੇ ਲੰਘਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ। ਅਪਰਾ ਤੋਂ ਬੂਟਾ ਸਿੰਘ ਢਿੰਡਸਾ ਦੀ ਰਿਪੋਰਟ। ਮੈਂ ਸਰਕਾਰਾਂ ਤੋਂ ਮੰਗ ਕਰਦਾ ਵੀ ਸਾਡੇ ਅਪਰੇ ਦਾ ਹਾਲ ਬਹੁਤ ਬੁਰਾ ਆ। ਮੀਂਹ ਪੈਂਦਾ, ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ, ਚਾਰ ਚਾਰ ਘੰਟੇ ਤੋਂ ਪਾਣੀ ਨਹੀਂ ਜਾਂਦਾ, ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ, ਲੋਕ ਲੰਘਣੋਂ ਵੀ ਤਰਸ ਜਾਂਦੇ ਆ, ਬੀਬੀਆਂ ਸਵਾਰਾਂ ਚੁੱਕ ਚੁੱਕ ਕੇ ਬਾਜ਼ਾਰ ਨੂੰ ਜਾਂਦੀਆਂ, ਕੋਈ ਵਿੱਚ ਡਿੱਗ ਪੈਂਦਾ ਆ, ਪੂਰੀ ਹਾਲਤ ਵਾ, ਮੋਟਰਸਾਈਕਲ ਵਾਲੇ ਡਿੱਗ ਪੈਂਦੇ ਆ, ਟੋਏ ਪਏ ਵਾ, ਇੰਨਾ ਬੁਰਾ ਹਾਲਤ ਆ। ਸਮੇਂ ਸਮੇਂ ਦੀਆਂ ਸਰਕਾਰਾਂ ਬਹੁਤ ਆਈਆਂ, ਵਾਅਦੇ ਕਰ ਜਾਂਦੇ ਆ ਪਰ ਕੰਮ ਕੋਈ ਨਹੀਂ ਕਰਦਾ, ਕਿ ਇੰਨਾ ਬੁਰਾ ਹਾਲਤ ਆ। ਇੰਟਰਲੋਕ ਦਾ ਗੱਲ ਕਰਦੇ ਆ, ਇੰਟਰਲੋਕ ਲਾ ਦਈਏ, ਉੱਚਾ ਕਰ ਦਈਏ, ਕੋਈ ਨਹੀਂ ਕਰਦਾ। ਸਮੇਂ ਸਮੇਂ ਸਰਕਾਰਾਂ ਇੰਨੀਆਂ ਆਈਆਂ, ਪੰਚਾਇਤਾਂ ਆਈਆਂ, ਵਾਅਦੇ ਕਰਕੇ ਵੋਟਾਂ ਸਾਡੇ ਕੋਲ ਲੈ ਜਾਂਦੇ ਆ, ਕੰਮ ਕੋਈ ਕਰਦਾ ਨਹੀਂ। ਬਹੁਤ ਬੁਰੀ ਹਾਲਤ ਆ ਪਿਓ ਜੀ, 5 ਘੰਟੇ ਪੂਰਾ ਇੱਥੇ ਛੱਪੜਾ ਰੂਪ ਧਾਰ ਕੇ ਪਾਣੀ ਨਹੀਂ ਨਿਕਲਦਾ ਜੀ।